ਅੱਜ ਹਮ ਖੜ੍ਹੇ ਹਾਂ ਜੀ ਲਾਇਨਸ ਕਲੱਬ ਰਾਜਪੁਰਾ ਦੇ ਵਿੱਚ। ਦੱਸ ਦਈਏ ਕਿ ਪਹਿਲਾਂ ਕੁਛ ਸਮਾਂ ਪਹਿਲਾਂ ਜਿਹੜੀ ਹੈ ਲਾਇਨਸ ਕਲੱਬ ਦੇ ਵੱਲੋਂ ਇੱਕ ਡਿਸਪੈਂਸਰੀ ਜਿਹੜੀ ਹੈ ਖੋਲ੍ਹੀ ਗਈ ਸੀ ਅਤੇ ਕੁਝ ਕਾਰਨਾਂ ਕਾਰਨ ਜਿਹੜੀ ਹੈ ਰੁਕ ਗਈ ਸੀ ਅਤੇ ਉਸ ਤੋਂ ਬਾਅਦ ਅੱਜ ਲਾਇਨਸ ਕਲੱਬ ਦੇ ਵੱਲੋਂ ਫਿਰ ਤੋਂ ਜਿਹੜੀ ਹੈ ਸਹੂਲਤਾਂ ਦੇ ਨਾਲ ਵੱਡੀ ਸਹੂਲਤਾਂ ਦੇ ਨਾਲ ਰਾਜਪੁਰਾ ਦੇ ਲੋਕਾਂ ਦੀ ਜਿਹੜੀ ਹੈ ਸੇਵਾ ਦੇ ਲਈ ਫਿਰ ਤੋਂ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਗਈ ਹੈ। ਸਾਡੇ ਨਾਲ ਲਾਇਨਸ ਕਲੱਬ ਦੇ ਪ੍ਰਧਾਨ ਜਿਹੜੇ ਰਾਕੇਸ਼ ਕੁਕਰੇਜਾ ਜੀ ਨੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਹੜੀ ਅੱਜ ਡਿਸਪੈਂਸਰੀ ਦੀ ਦੁਬਾਰਾ ਤੋਂ ਸ਼ੁਰੂਆਤ ਜਿਹੜੀ ਹੈ ਵੱਡੀ ਸਹੂਲਤਾਂ ਦੇ ਨਾਲ ਕੀਤੀ ਹੈ। ਸਰ ਕੀ ਕਹਿਣਾ ਚਾਹੋਗੇ ਅੱਜ ਫਿਰ ਤੋਂ ਸ਼ੁਰੂਆਤ? ਨਾ ਪਹਿਲੇ ਵੀ ਡਿਸਪੈਂਸਰੀ ਸਾਡੇ ਕਲੱਬ ਵਿੱਚ ਚੱਲਦੀ ਸੀ ਜਿਸੇ ਦਵਾਈਆਂ ਮੁਹੱਈਆ ਕਰਾਈਆਂ ਜਾਂਦੀ, ਪਰ ਹੁਣ ਜਿਹੜਾ ਹੈ ਅਸੀਂ ਇਹਦੇ 'ਚ ਟਾਈਮ ਦਾ ਵਾਅਦਾ ਕਰਿਆ ਕਿ ਪਹਿਲੇ ਡਾਕਟਰ ਸਾਡਾ ਇੱਕ ਦਿਨ ਬੈਠਦਾ ਸੀ ਅਤੇ ਹੁਣ ਅਸੀਂ ਹਫ਼ਤੇ 4 ਦਿਨ ਡਾਕਟਰ ਬਿਠਾਉਂਦੇ ਹਾਂ, ਜਿਸ ਵਿੱਚ ਇੱਕ ਡਾਕਟਰ ਲੇਡੀਜ਼ ਇੱਕ ਜੈਂਟਸ, ਜੇ ਹਫ਼ਤੇ 4 ਦਿਨ ਮਰੀਜ਼ ਦੇਖਣਗੇ ਜਿਨ੍ਹਾਂ ਨੂੰ ਮਰੀਜ਼ਾਂ ਨੂੰ ਫਰੀ ਆਫ ਕੋਸਟ ਦਵਾਈਆਂ ਅਤੇ ਟੈਸਟ ਕੀਤੇ ਜਾਣਗੇ। ਅਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਹੜੇ ਜ਼ਰੂਰਤਮੰਦ ਲੋਕ ਹਨ ਉਹ ਲਾਇਨਸ ਕਲੱਬ ਤੋਂ ਆ ਕੇ ਆਪਣੀ ਦਵਾਈਆਂ ਜਾਂ ਮੈਡੀਕਲ ਚੈੱਕਅਪ ਕਰਾ ਸਕਦੇ ਨੇ। ਪ੍ਰਧਾਨ ਜੀ, ਜਿਸ ਤਰ੍ਹਾਂ ਸ਼ੁਰੂਆਤ ਪਹਿਲਾਂ ਵੀ ਹੁੰਦੀ ਸੀ ਅਤੇ ਇਸ ਵਾਰ ਦੁਬਾਰਾ ਤੋਂ ਸ਼ੁਰੂਆਤ ਜਿਹੜੀ ਹੈ ਕੀਤੀ ਗਈ ਹੈ, ਕੁਛ ਜਿਹੜੀਆਂ ਨਵੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ 'ਚ ਕਿਹੜੀ ਕਿਹੜੀ ਸਹੂਲਤਾਂ ਨੇ ਉਹਦੇ ਬਾਰੇ ਵੀ? ਫਰੀ ਆਫ ਕੋਸਟ ਦਵਾਈਆਂ ਅਤੇ ਫਰੀ ਆਫ ਕੋਸਟ ਟੈਸਟ ਇਹ ਨਵੀਂ ਆਪਾਂ ਕਰੀ ਹੈ ਵੀ ਜਿਹਦੇ ਫਰੀ ਮੈਡੀਕਲ ਦਵਾਈਆਂ ਦਿੱਤੀਆਂ ਜਾਣਗੀਆਂ। ਅਤੇ ਪ੍ਰਧਾਨ ਜੀ, ਇੱਕ ਸਵਾਲ ਹੈ ਜਿਹੜਾ ਰਾਜਪੁਰਾ ਦੇ ਜਿਹੜੇ ਹੈ ਲੋਕਾਂ ਦੇ ਵਿੱਚ ਵੀ ਪਹਿਲਾਂ ਕਾਫੀ ਟਾਈਮ ਜਿਹੜਾ ਹੈ ਕਲੱਬਾਂ ਨੂੰ ਲੈ ਕੇ ਰਿਹਾ ਹੈ ਅਤੇ ਉਹਨਾਂ ਦੇ ਵਿੱਚ ਜਿਹੜੇ ਸਵਾਲ ਉੱਠਦੇ ਸੀਗੇ, ਅਤੇ ਉਹਨਾਂ ਦੇ ਮਤਲਬ ਕਿ ਤੁਸੀਂ SDM ਸਾਹਿਬ ਨੂੰ ਮਿਲੇ ਸੀਗੇ ਕਲੱਬ ਵਾਲੇ, ਅਤੇ ਹੁਣ ਉਸ 'ਚ ਕੀ ਸੀਗਾ ਉਹਦੇ ਬਾਰੇ ਜਾਣ? ਨਹੀਂ SDM ਸਾਹਿਬ ਆਏ ਸੀ, ਸਾਡੇ ਕਲੱਬ ਵੀ ਆਏ ਸੀ, ਬੈਠੇ ਸੀ। ਉਹਨਾਂ ਨੇ ਜੋ ਸਾਨੂੰ ਜ਼ਮੀਨ ਦਿੱਤੀ ਸੀ ਉਹ ਕੁਛ ਸ਼ਰਤਾਂ ਨਾਲ ਦਿੱਤੀ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਰਿਕਾਰਡ 10 ਸਾਲਾਂ ਦਾ ਮੇਨਟੇਨ ਕਰਕੇ ਦਿਓ, ਅਤੇ ਜੋ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਜਵਾਬ ਦੇ ਦਾਂਗੇ, ਰਿਕਾਰਡ ਉਹਨਾਂ ਨੂੰ 10 ਸਾਲਾਂ ਦਾ ਦੇ ਦਾਂਗੇ, ਅਤੇ ਜੋ ਕੋਈ ਕਮੀ ਵੀ ਰਹਿ ਗਈ ਹੈ ਕੋਈ ਸਾਡੇ ਵੱਲੋਂ ਉਹ ਸਰਕਾਰ ਦੀ ਇਹਨਾਂ ਹਦਾਇਤਾਂ ਅਨੁਸਾਰ ਪੂਰੀ ਵੀ ਕਰ ਦਾਂਗੇ, ਪਰ ਐਸੀ ਕੋਈ ਸਾਡੇ ਕਲੱਬ ਵਿੱਚ ਕੋਈ ਐਸੀ ਗੱਲ ਨਹੀਂ। ਸੋ ਸਾਡੇ ਨਾਲ ਹੋਰ ਵੀ ਮੈਂਬਰ ਸਹਿਬਾਨ ਜਿਹੜੇ ਮੌਜੂਦ ਨੇ, ਅੱਜ ਸ਼ੁਰੂਆਤ ਹੋਈ ਹੈ, ਗੱਲਬਾਤ ਕਰਦੇ ਹਾਂ। ਸਰ ਕੀ ਨਾਮ? ਮੇਰਾ ਨਾਮ ਸਤੀਸ਼ ਵਰਮਾ, ਨਾਇਬ ਤਹਿਸੀਲਦਾਰ ਰਿਟਾਇਰ। ਮੈਂ ਇਸ ਕਲੱਬ ਨਾਲ 2 ਸਾਲ ਤੋਂ ਜੁੜਿਆ ਹੋਇਆ ਹਾਂ ਅਤੇ ਇਹਨਾਂ ਦੀਆਂ ਜੋ ਕਾਰਵਾਈਆਂ ਮੈਂ ਦੇਖਦਾ ਬਹੁਤ ਹੀ ਵਧੀਆ ਕਾਰਵਾਈਆਂ ਨੇ, ਜੋ ਕਿ ਆਪਣੇ ਗਰੀਬਾਂ ਦੀ ਸਹੂਲਤਾਂ, ਦਵਾਈਆਂ, ਮੈਡੀਕਲ ਕੈਂਪ, ਬਲੱਡ ਡੋਨੇਟ ਕੈਂਪ ਲਗਾਉਂਦੇ ਰਹਿੰਦੇ ਨੇ ਔਰ ਕੰਬਲ ਵੰਡਦੇ ਰਹਿੰਦੇ ਨੇ, ਹੋਰ ਬਹੁਤ ਹੀ ਵਧੀਆ ਇਹਨਾਂ ਦੀਆਂ ਲਾਇਨਸ ਕਲੱਬ ਵੱਲੋਂ ਦੇਖੀਆਂ ਨੇ ਕਿ ਸੁਵਿਧਾਵਾਂ ਬਹੁਤ ਦਿੱਤੀਆਂ ਜਾਂਦੀਆਂ ਨੇ। ਹੁਣ ਵੀ ਇਹ ਮੈਡੀਕਲ ਕੈਂਪ ਜਿਹੜਾ ਇਹਨਾਂ ਨੇ ਲਗਾਇਆ, ਸ਼ੁਰੂ ਕੀਤਾ ਦੁਬਾਰਾ, ਇਹ ਵੀ ਆਪਣਾ ਹਦਾਇਤਾਂ ਪੂਰੀਆਂ ਕਰਦਾ ਹੈਗਾ ਕਲੱਬ ਦੀਆਂ, ਜੋ ਵੀ ਹਦਾਇਤਾਂ ਸਰਕਾਰ ਨੇ ਦਿੱਤੀਆਂ ਹੋਈਆਂ ਨੇ। ਫਰੀ ਸੇਵਾ ਹੈ, ਫਰੀ ਮੈਡੀਕਲ ਦਵਾਈਆਂ ਫਰੀ ਹੈ, ਟੈਸਟ ਫਰੀ ਹੈ, ਹੋਰ ਵੀ ਜਿੰਨਾ ਅਸੀਂ ਵੱਧ ਤੋਂ ਵੱਧ ਕਰ ਸਕਦੇ ਹਾਂ ਇਸ ਕਲੱਬ ਵੱਲੋਂ ਕੀਤਾ ਜਾਵੇਗਾ। ਇਹ ਪ੍ਰਧਾਨ ਜੀ ਵੱਲੋਂ ਮੈਂ ਸ਼ੋਰ ਦਿਵਾਉਣਾ, ਪ੍ਰਧਾਨ ਜੀ ਸਾਡੇ ਬਹੁਤ ਵਧੀਆ ਬੰਦੇ ਨੇ, ਇਹਨਾਂ ਨੇ ਜਦ ਦਾ ਚਾਰਜ ਸੰਭਾਲਿਆ ਬਹੁਤ ਹੀ ਵਧੀਆ ਕੰਮ ਕੀਤਾ, ਥੈਂਕ ਯੂ। ਅਜੇ ਜੀ, ਅੱਜ ਸ਼ੁਰੂਆਤ ਜਿਹੜੀ ਹੈ ਫਿਰ ਕੀਤੀ ਗਈ ਹੈ ਅਤੇ ਕਿਹੜੀ ਕਿਹੜੀਆਂ ਤੁਹਾਡੇ ਵੱਲੋਂ ਵੀ ਜਿਹੜੀ ਹੈ ਕਲੱਬ ਦੇ ਵਿੱਚ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਕਲੱਬ ਦੇ ਵੱਲੋਂ ਉਹਦੇ ਬਾਰੇ? ਕਲੱਬ ਮੇ ਹਰ ਪੇਸ਼ੈਂਟ ਕੇ ਲੀਏ ਜਿਤਨੇ ਵੀ ਅਗਰ ਜ਼ਰੂਰਤਮੰਦ ਲੋਕ ਆਤੇ ਹੈ ਉਨਕੇ ਲੀਏ ਦਵਾਈਓਂ ਕਾ ਫੁੱਲ ਇੰਤਜ਼ਾਮ ਹੈ। 24 ਆਪਣਾ 4 ਘੰਟੇ ਹਮਨੇ ਯਹਾਂ ਪੇ ਡਾਕਟਰ ਬਿਠਾਏ ਹੈ, ਜੋ ਸਪਤਾਹ ਮੇ 4 ਦਿਨ ਬੈਠੇਂਗੇ, ਉਨਕੇ ਲੀਏ ਮੈਡੀਸਿਨ ਬਿਲਕੁਲ ਫਰੀ ਰਹੇਗੀ। ਔਰ ਅਗਰ ਕਿਸੀ ਪੇਸ਼ੈਂਟ ਕੋ ਕਿਸੀ ਅਗਰ ਹਮਕੋ ਕਿਸੀ ਪੇਸ਼ੈਂਟ ਅਗਰ ਕੋਈ ਸੀਰੀਅਸ ਪੇਸ਼ੈਂਟ ਆਤਾ ਹੈ, ਉਸਕੋ ਰੈਫਰ ਕਰਨਾ ਪੜਤਾ ਹੈ, ਕੁਛ ਕਰਨਾ ਪੜਤਾ ਹੈ, ਤੋ ਉਸਕੇ ਲੀਏ ਵੀ ਕਲੱਬ ਤਿਆਰ ਹੈ। ਉਸਕੇ ਲੀਏ ਵੀ ਕਲੱਬ ਜਿਤਨੀ ਕੋਸ਼ਿਸ਼ ਹੋ ਸਕੇਗੀ ਉਸਕੀ ਕਲੱਬ ਕੀ ਤਰਫ ਸੇ ਸਹਿਯੋਗ ਕਰੇਂਗੇ, ਔਰ ਉਸਕੋ ਹੋ ਸਕੇਗਾ ਤੋ ਔਰ ਵੀ ਆਗੇ ਇਸਸੇ ਵੀ ਜ਼ਿਆਦਾ ਬੜੀਆ ਕੰਮ ਕਰਨੇ ਕਲੱਬ ਕੋਸ਼ਿਸ਼ ਕਰੇਗਾ। ਸਾਡੇ ਨਾਲ ਕਲੱਬ ਦੇ ਜਿਹੜੇ ਮੈਂਬਰ ਸਾਹਿਬਾਨ ਸੀਗੇ ਲਾਇਨਸ ਕਲੱਬ ਦੇ, ਉਹ ਵੀ ਮੌਜੂਦ ਸੀਗੇ, ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਜੋ ਅੱਜ ਸ਼ੁਰੂਆਤ ਲਾਇਨਸ ਕਲੱਬ ਦੇ ਵੱਲੋਂ ਫਿਰ ਤੋਂ ਕੀਤੀ ਗਈ ਹੈ, ਜੋ ਕੁਛ ਸਮਾਂ ਪਹਿਲਾਂ ਕਰੋਨਾ ਕਾਰਨ ਜਿਹੜੀ ਹੈ ਬੰਦ ਰਹੀ ਹੈ ਅਤੇ ਹੁਣ ਸ਼ੁਰੂਆਤ ਜਿਹੜੀ ਹੈ ਕੀਤੀ ਗਈ ਹੈ, ਅਤੇ ਹੋਰ ਵੀ ਸਾਡੇ ਨਾਲ ਲਾਇਨਸ ਕਲੱਬ ਦੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ। ਸਰ ਕੀ ਕਹਿਣਾ ਚਾਹੋਗੇ ਅੱਜ ਫਿਰ ਤੋਂ ਸ਼ੁਰੂਆਤ ਜਿਹੜੀ ਹੈ ਵੱਖਰੇ ਉਸਦੇ ਨਾਲ ਕੀਤੀ ਗਈ ਹੈ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ? ਮੈਂ ਅਮਿਤ ਗੁਜਰਾਲ, ਮੈਂ ਇਸ ਕਲੱਬ ਨਾਲ 2 ਸਾਲ ਤੋਂ ਜੁੜੇ ਹਾਂ। ਮੈਂ 2 ਸਾਲ ਤੋਂ ਇਹੀ ਦੇਖ ਰਿਹਾ, ਇਸ ਕਲੱਬ ਦੇ ਵਿੱਚ ਇੱਕ ਬੜੀ ਪਲੱਸ ਪੁਆਇੰਟ ਹੈ ਕਿ ਜੇ ਕੋਈ ਵੀ ਗਰੀਬ ਆਉਂਦਾ ਹੈ, ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ, ਉਹਦੀ ਜਿੰਨਾ ਕੁ ਉਹਦੇ ਵਾਸਤੇ ਬੈਸਟ ਕਰ ਸਕਦੇ ਨੇ ਉਹ ਬੈਸਟ ਕਰਦੇ ਨੇ। ਗਰੀਬਾਂ ਨੂੰ ਰਾਸ਼ਨ ਵੰਡਦੇ ਨੇ, ਮਤਲਬ ਹਰ ਗੱਲੋਂ ਇਹ ਕਲੱਬ ਗਰੀਬਾਂ ਦੇ ਨਾਲ ਹੈ। ਅਤੇ ਜਿਸ ਤਰ੍ਹਾਂ ਕਲੱਬ ਦੇ ਵੱਲੋਂ ਮੈਡੀਕਲ ਕੈਂਪ ਵੀ ਲਾਏ ਜਾਂਦੇ ਨੇ ਅਤੇ ਹੁਣ ਇੱਕ ਡਿਸਪੈਂਸਰੀ ਜਿਹੜੀ ਹੈ ਪਰਮਾਨੈਂਟ ਇੱਥੇ ਖੋਲ੍ਹ ਦਿੱਤੀ ਗਈ ਹੈ ਲੋਕਾਂ ਨੂੰ ਸਹੂਲਤਾਂ ਦੇ ਲਈ, ਉਹਦੇ ਬਾਰੇ ਕੀ ਕਹਿਣਾ? ਇੱਥੇ ਇਹ ਡਿਸਪੈਂਸਰੀ ਪਹਿਲੇ ਵੀ ਸੀ, ਕੁਛ ਟਾਈਮ ਲਈ ਮਤਲਬ ਕਿ ਪ੍ਰੋਬਲਮ ਆਈ ਸੀ, ਜਿਸ ਕਰਕੇ ਉਸ ਤੋਂ ਬਾਅਦ ਹੁਣ ਇਹ ਕੰਟੀਨਿਊ ਕਰ ਦਿੱਤੀ ਹੈ। ਹੁਣ ਜਿਹੜਾ ਪਹਿਲੇ ਡਾਕਟਰ ਹਫ਼ਤੇ 'ਚ ਇੱਕ ਦਿਨ ਬੈਠਦੇ ਸੀ, ਹੁਣ 4 ਦਿਨ ਕੰਟੀਨਿਊ ਕਰ ਦਿੱਤੇ ਨੇ, ਹਫ਼ਤੇ 4 ਵਾਰੀ ਬੈਠਣਗੇ। ਅਤੇ ਪਲੱਸ ਜਿਹੜੀ ਮੈਡੀਸਨ ਹੈ ਟੋਟਲੀ ਫਰੀ ਹੈ, ਜਿਹੜੇ ਬਲੱਡ ਟੈਸਟ ਹੈ ਉਹ ਵੀ ਟੋਟਲੀ ਫਰੀ ਹੈਗੇ ਨੇ।
इस तों इलावा इत्थे ब्लड डोनेशन कैंप भी लगता है, वो असीं कई बार लगा चुके हैं। दो साल च मैं काफ़ी कुछ देखे इत्थे, बहुत वधिया इस क्लब वालों मतलब कपड़ा वगैरह दान दिता जाता है, राशन वगैरह दान दिता जाता है, बहुत कुछ चीज़ें हैगी जो डोनेट करते हैं गरीबों लिए, बहुत वधिया बहुत वधिया। तो साडे नाल डॉक्टर साहब भी मौजूद ने, उन्हां नाल भी गलबात करते हैं जो शुरुआत अज की गई है। डॉक्टर साहब की कहना चाहोगे अज शुरुआत जी लॉयंस क्लब के वालों फिर तो एक वड्डी जी है की गई? जिहड़ा लॉयंस क्लब है बहुत ही अच्छा काम कर रहा है, मैं कई सालों तो देखता आ रहा, मैं तो हूँ इन्होंने दो सालों तो इन्हों जुड़िया है, तो इन्हों का उपराला देखते हुए ताई मैं इन्होंने जुड़िया, बहुत वधिया काम कर रहे हैं, तो मैं बहुत ज़्यादा खुशी है कि हर सारी जिंदगी काम करते रहेंगे जब तक साढ़े को रिंकू जी है, साढ़े प्रधान जी बहुत अच्छा काम कर रहे हैं, मैं इन्हों का बहुत बहुत धन्यवाद करना। साढ़े नाल मौजूद सके लॉयंस क्लब के मैंबर साहबान जिन्हों के वालों दसया गया कि अज जी शुरुआत की गई है वड्डे लैवल दे उपर की गई है, तो आने वाले समय के जिस तरह दसया गया कि पहला हफ्ते के एक दिन शुरुआत होंगी सी, तो हूँ हफ्ते के चार दिन जड़े ने डॉक्टर इतने बैठने तो लोगों दिया सहूलतों के लिए लॉयंस क्लब के वालों हर समय जड़े काम किए जाते हैं, उन्होंने एक नवी शुरुआत जी है चार दिन जड़े डॉक्टर साहबान इतने बैठने जिसनों भी लोड़ होंगी है किसी भी तरह की दवाई की या फिर कोई होर चीज़ की, तो लॉयंस क्लब के जड़े मैंबर साहबान ने या प्रधान जी ने उन्होंने संपर्क कर सकते हैं तो जो किसी लोड़बंदी जी है मदद हो सके। कैमरा परसन अनमोल के नाल गुरप्रीत तिमान, एक्शन पंजाब चैनल राजपुरा।